कस्बे दे विच आले दुआले दे पिंडां तों आए हुए साडे पंजाब नूं दोबारा रंगला पंजाब देखण दे चाहवान दिल च इच्छा लेके पहुंचे हुए सरकार योग बुजुर्ग नौजवान वीर मावां भैणां छोटे बच्चे सारयां दा स्वागत है। सारयां नूं मेरे वल्लों नमस्कार सत श्री अकाल वाहिगुरु जी का खालसा वाहिगुरु जी की फतह। वीरो देश दे विच इक लहर चल रही है उस लहर का नाम है आम आदमी पार्टी। अपनी पार्टी 10 सालों दे विच नैशनल पार्टी बन गई, नैशनल पार्टी दा रुतबा मिल गया 10 साल। ओ 10 सालों च साडी मेहनत घट है ਫਾਟੀ ਜਾ ਰਹੀ। ਤੁਸੀਂ ਆਪਣੇ ਮੋਟਰਸਾਈਕਲਾਂ 'ਚ ਆਪ ਤੇਲ ਪਵਾਇਆ, ਤੁਸੀਂ ਆਪਣੀਆਂ ਗੱਡੀਆਂ 'ਚ ਆਪ ਤੇਲ ਪਵਾਇਆ, ਟਰੈਕਟਰਾਂ 'ਚ ਤੇਲ ਪਵਾਇਆ। ਮੇਰੀ ਗੱਡੀ ਮੂਰੇ ਮੋਟਰਸਾਈਕਲ ਲਾਏ, ਟਰੈਕਟਰ ਲਾਏ, ਆਪਣੀਆਂ ਗੱਡੀਆਂ ਲਾਈਆਂ, ਕੋਈ ਮਕਸਦ ਨਹੀਂ ਸੀ ਤੁਹਾਡਾ। ਸੱਚੀ ਪੁੱਛੋ ਜਿਹੜੇ ਅਸਲੀ ਪੰਜਾਬ ਨੂੰ ਚਾਹੁਣ ਵਾਲੇ ਨੇ ਉਹਨਾਂ ਦੀ ਕਦੇ ਸਿਫਾਰਿਸ਼ ਨਹੀਂ ਆਉਂਦੀ ਮੈਨੂੰ ਚੇਅਰਮੈਨ ਬਣਾ ਦਿਓ ਜਾਂ ਕੁਛ ਬਣਾ ਦਿਓ। ਉਹਦਾ ਅਸਲੀ ਨੇ ਉਹ ਕਹਿੰਦੇ ਬਾਬਾ ਨਾਨਕ ਵਾਂਗੂ ਭਾਈ ਜਿਨ੍ਹਾਂ ਨੇ ਰੋਟੀ ਦਿੱਤੀ ਉਹ ਵੀ ਖੁਸ਼ ਰਹੋ, ਜਿਨ੍ਹਾਂ ਨੇ ਨਹੀਂ ਦਿੱਤੀ ਉਹ ਵੀ ਖੁਸ਼ ਰਹੋ। ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ ਜ਼ਿੰਮੇਵਾਰੀ ਮੇਰੇ ਸਿਰ ਲਾਈ ਹੈ ਤਾਂ ਮੈਂ ਨਿਭਾ ਰਿਹਾ। ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਸਾਰਿਆਂ ਦਾ ਹੀ ਆਉਂਦਾ, ਐਂ ਚੱਲੂ ਕੰਮ ਇਹ। ਹੁਣ ਕਿੱਥੋਂ ਆਉਣ ਲੱਗੇ ਪੈਸੇ? ਕਿਉਂਕਿ ਆਲੇ ਦੁਆਲੇ ਤੋਂ ਰੋਕ ਲਏ ਆਪਾਂ ਨੇ। ਜਦੋਂ ਖਾਲ ਚ ਖੱਡ ਪੈਂਦੀ ਹੋਵੇ, ਜਦੋਂ ਖਾਲ ਦੇ ਵਿੱਚ ਖੱਡਾਂ ਪੈਂਦੀਆਂ ਹੋਣ, ਫਿਰ ਪਾਣੀ ਕਿਆਰੇ ਤੱਕ ਨਹੀਂ ਪਹੁੰਚਦਾ, ਰਾਹ ਚ ਹੀ ਰਹਿ ਜਾਂਦਾ। ਉਹ ਖੱਡਾਂ ਬੰਦ ਕਰ ਲੋ। ਆਹ ਜਿਹੜੇ ਤੁਹਾਡੀਆਂ ਉਮੀਦਾਂ ਵਾਲੇ ਕਿਆਰੇ ਨੇ ਨੱਕੋ ਨੱਕ ਭਰ ਦਿਆਂਗੇ, ਨੱਕੋ ਨੱਕ ਭਰ ਦੇਵੇ ਲੋ ਕਿਆਰੇ। ਇਹਨਾਂ ਨੂੰ ਬੋਲੀ ਜਾਣ ਦਾ ਜੋ ਬੋਲਦੇ ਨੇ ਪਰਵਾਹ ਨਾ ਕਿਹੜਾ ਕਰੋ ਇਹਨਾਂ ਦੀ। ਇਹਨਾਂ ਕੋਲੇ ਕੁਛ ਹੈ ਹੀ ਨਹੀਂ ਬੋਲਣ ਨੂੰ। 24 ਘੰਟੇ ਮੈਨੂੰ ਗਾਲਾਂ ਦੇਈ ਜਾਂਦੇ ਆ, ਮੇਰੇ ਪਰਿਵਾਰ ਨੂੰ ਗਾਲਾਂ ਦੇਈ ਜਾਂਦੇ, ਹੋਰ ਕੋਈ ਬੋਲਣ ਨੂੰ ਹੈ ਹੀ ਨਹੀਂ ਭਾਈ, ਕੀ ਕਰੀਏ। ਅੱਛਾ ਕਈ ਇਹੋ ਜਿਹੇ ਹੰਕਾਰੀ ਨੇ, ਹੁਣ ਕੋਈ ਬੰਦਾ ਕੀ ਕਰੇ ਜੇ ਕਿਸੇ ਮੁਰਗੇ ਦੇ ਮਾਲਕ ਨੂੰ ਇਹ ਵਹਿਮ ਹੋ ਜੇ ਕਿ ਤੜਕੇ ਤੜਕੀ 4 ਵਜੇ ਮੇਰਾ ਮੁਰਗਾ ਵਾਂਗ ਦਿੰਦਾ ਤਾਂ ਸੂਲ ਚੜਦਾ, ਕੋਈ ਬੰਦਾ ਕੀ ਕਰੇ ਬਈ ਐਡਾ ਹੰਕਾਰ। ਉਹ ਕਹਿੰਦਾ ਮੈਂ ਮੁਰਗਾ ਲੈ ਕੇ ਕਿਤੇ ਹੋਰ ਚਲਾ ਜਾਊ, ਮੈਂ ਤਾਂ ਉੱਥੇ ਸੂਰਜ ਚੜਾ ਲੂ, ਇੱਥੇ ਹਨੇਰਾ ਹੋ ਜੂ। ਉਹ ਬਾਬਿਓ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਹੁੰਦਾ। ਬੰਦਾ ਕਦੋਂ ਕਿਸੇ ਦੇ ਮਾਰਿਆ ਮਰਦਾ? ਮਾਰੇ ਨਾ ਕਰਤਾਰ ਕੁੜੇ, ਉਹਦੀ ਰਜ਼ਾ ਚ ਰਹੋ, ਉਹਦੀ ਰਜ਼ਾ ਚ ਰਹੋ। ਜੇ ਕੋਈ ਕੁਰਸੀਆਂ ਦਿੱਤੀਆਂ ਉਹਨੇ ਦਿੱਤੀਆਂ, ਉਹਨੇ ਕੋਈ ਕੰਮ ਲੈਣਾ ਤੁਹਾਡੇ ਤੋਂ, ਉਹਨੇ ਲੋਕਾਂ ਦੀ ਭਲਾਈ ਕਰਾਉਣ ਵਾਸਤੇ ਤੁਹਾਨੂੰ ਕੁਰਸੀ ਤੇ ਬਿਠਾਇਆ, ਤਾਂ ਫਿਰ ਉਹਦੀ ਰਜ਼ਾ ਚ ਰਹੋ। ਜੇ ਉਹਦੀ ਰਜ਼ਾ ਦੇ ਵਿਰੁੱਧ ਜਾਓਗੇ ਫਿਰ ਉਹ ਕਹੂਗਾ ਠੀਕ ਹੈ ਆ ਜਾ, ਫਿਰ ਹੁਣ ਤੇਰੀ ਵਾਰੀ ਹੈ, ਵੱਡੇ ਵੱਡੇ ਲਾਹੇ ਆ ਕੁਰਸੀਆਂ ਤੋਂ। ਸੋ ਇਸ ਕਰਕੇ ਜਲੰਧਰ ਦੀ ਜਿਮਨੀ ਚੋਣ ਆ ਰਹੀ ਹੈ 10 ਮਈ ਨੂੰ। ਵੈਸੇ ਆਉਣੀ ਨਹੀਂ ਚਾਹੀਦੀ ਸੀ ਇਹ ਚੋਣ, ਮੇਰੇ ਬੜੇ ਵਧੀਆ ਸਾਥੀ ਰਹੇ ਲੋਕ ਸਭਾ ਦੇ ਵਿੱਚ 8-9 ਸਾਲ, ਚੌਧਰੀ ਸਾਹਿਬ ਮੇਰੇ ਸਾਥੀ ਰਹੇ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ। ਬੇਬਖਤੀ ਮੌਤ ਹੋ ਗਈ ਤਾਂ ਕਰਕੇ ਵੋਟਾਂ ਪੈ ਰਹੀਆਂ ਨੇ, ਮੈਂ ਉਹਨਾਂ ਨੂੰ ਕੁਛ ਨਹੀਂ ਕਹੂੰਗਾ, ਮੈਂ ਕੋਈ ਇਲਜ਼ਾਮ ਨਹੀਂ ਲਾਉਣਾ। ਹਾਂ, ਪੋਲੀਟੀਕਲ ਪਾਰਟੀ ਹੈ, ਅਸੀਂ ਉਹਨਾਂ ਦੀ ਪਾਰਟੀ ਬਾਰੇ ਬੋਲਾਂਗੇ ਜਾਂ ਜਿਹੜੇ ਆ ਹੋਰ ਵਾਲੇ ਉਹਨਾਂ ਬਾਰੇ ਬੋਲਾਂ। ਸੋ ਮੇਰੇ ਵੀਰੋ, ਜ਼ਿੰਮੇਵਾਰੀ ਤੁਸੀਂ ਸਾਡੀ ਲਈ ਹੈ। ਹੁਣ ਇਸ ਵਕਤ 92 ਆਪਣੇ ਵਿਧਾਨ ਸਭਾ 'ਚ ਨੇ, 10 ਆਪਣੇ ਰਾਜ ਸਭਾ 'ਚ ਨੇ, 63 ਆਪਣੇ ਦਿੱਲੀ ਵਾਲੀ ਵਿਧਾਨ ਸਭਾ 'ਚ ਨੇ, 5 ਆਪਣੇ ਗੁਜਰਾਤ ਵਾਲੀ ਵਿਧਾਨ ਸਭਾ 'ਚ ਨੇ, 2 ਆਪਣੇ ਗੋਆ 'ਚ ਨੇ। ਲੋਕ ਸਭਾ 'ਚ ਇੱਕ ਸੀਟ ਖਾਲੀ ਪਈ ਹੈ, ਉਹ ਵੀ ਭਰ ਦਿਓ ਜਲੰਧਰ ਵਾਲੇ ਹੋਣ ਬਸ। ਸਾਡੇ ਕੁਛ ਮੁੰਡੇ ਵਲੰਟੀਅਰ ਫਿਰਦੇ ਨੇ ਰਾਜੂ ਖੜਾ, ਇਹ ਮੁੰਡੇ ਮਾਨਸਾ ਸੰਗਰੂਰ ਦੇ ਇਲਾਕੇ 'ਚ ਆਏ ਨੇ। ਇਹਨਾਂ ਨੂੰ ਪਤਾ, ਇਹਨਾਂ ਨੇ ਪਹਿਲਾਂ ਸੰਗਰੂਰ ਵਾਲੀ ਸੀਟ ਭਰੀ ਸੀ। ਪੁੱਛ ਕੇ ਦੇਖ ਲਓ ਸੰਗਰੂਰ ਵਾਲਿਆਂ ਨੂੰ ਕਿ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਸੀ ਐਮਪੀ ਲੈਂਡ ਦਾ ਪੈਸਾ ਕਦੋਂ ਚੱਲ ਪਿਆ, ਕਿੰਨਾ ਆ ਗਿਆ, ਕਿੰਨਾ ਕਿੱਥੇ ਲੱਗ ਸਕਦਾ,
ਇਥੋਂ ਤੱਕ ਮੈਂ ਦੱਸਦਾ ਸੀ ਕਿ ਆ ਪੈਸੇ ਤੁਹਾਡੇ ਨੇ ਭਾਈ ਇਹ ਗੱਲ ਇੱਥੇ ਕਰਾਂਗੇ ਇੱਕ ਵਾਰੀ ਲੋਕ ਸਭਾ ਚ ਆਮ ਆਦਮੀ ਪਾਰਟੀ ਦਾ ਖਾਤਾ ਖੁਲਾ ਦਿਓ ਜਲੰਧਰ ਵਾਲਿਓ ਤੁਹਾਡਾ ਨਾਮ ਇਤਿਹਾਸ ਚ ਆਊਗਾ ਮੋਦੀ ਨਾਲ ਕਿਵੇਂ ਲੜਨਾ ਪੰਜਾਬ ਦੇ ਹੱਕਾਂ ਲਈ ਕਿਵੇਂ ਖੜਨਾ ਕਿਹੜੀਆਂ ਗੱਲਾਂ ਉਹਨੂੰ ਕਹਿਣੀਆਂ ਨੇ ਤੇ ਕਿਵੇਂ ਸੈਂਟਰ ਤੋਂ ਪੈਸਾ ਲੈ ਕੇ ਜਲੰਧਰ ਤੇ ਲਾਉਣਾ ਇਹ ਸਾਰੇ ਪੰਜ ਸਬਕ ਮੈਨੂੰ ਪਤਾ ਮੈਂ ਰਿੰਕੂ ਨੂੰ ਦੱਸ ਦੇਣੇ ਸਾਰੇ ਤੈਨੂੰ ਦੱਸ ਦੇ ਜਦੋਂ ਜਲੰਧਰ ਦੀ ਆਵਾਜ਼ ਗੂੰਜੂਗੀ ਜਦੋਂ ਜਲੰਧਰ ਦੀ ਆਵਾਜ਼ ਗੂੰਜੂਗੀ ਇਕੱਲੇ ਜਲੰਧਰ ਦੀ ਨਹੀਂ ਹੋਊਗੀ ਪੰਜਾਬ ਦੀ ਆਵਾਜ਼ ਗੂੰਜੂਗੀ ਪੰਜਾਬ ਇੱਕ ਮੌਕਾ ਦੇਖੋ ਥੋੜਾ ਜਿਹਾ ਥਰਮੇ ਨਾਲ ਸੋਚੀਏ 2 ਮਈ ਹੋ ਗਈ ਅਗਲੀ 2 ਮਈ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚੋਣ ਵਾਸਤੇ ਵੋਟਾਂ ਵਾਸਤੇ ਚੋਣ ਜਾਬਤਾ ਲੱਗ ਜਾਊਗਾ ਇੱਕ ਸਾਲ ਰਹਿ ਗਿਆ 60 ਸਾਲ ਤੁਸੀਂ ਕਾਂਗਰਸ ਨੂੰ ਦਿੱਤੇ ਨੇ 60 ਸਾਲ ਜਲੰਧਰ ਤੋਂ ਅਸੀਂ 1 ਸਾਲ ਮੰਗਿਆ ਜੇ ਸਾਲ ਦੇ ਵਿੱਚ ਤੁਹਾਡੀਆਂ ਉਮੀਦਾਂ ਦੇ ਪੂਰੇ ਨਾ ਉਤਰੇ ਮੱਖਣ ਚੋਂ ਬਾਲ ਵਾਂਗੂ ਕੱਢ ਕੇ ਉਹ ਮਾਰਿਓ ਭਗਾ ਕੇ ਇੱਕ ਸਾਲ ਤਾਂ ਦਿਓਗੇ ਨਾ 1 ਸਾਲ ਟੈਸਟ ਕਰਨ ਚ ਕੀ ਹਰਜ ਹੈ ਬਈ ਜੇ ਬਿਮਾਰੀ ਕਿਸੇ ਡਾਕਟਰ ਤੋਂ ਨਹੀਂ ਹਟਦੀ ਡਾਕਟਰ ਬਦਲਣ ਚ ਕੀ ਹਰਜ ਹੈ ਬਈ ਡਾਕਟਰ ਬਦਲ ਲਓ ਬਸ ਤੁਸੀਂ ਮੈਨੂੰ ਇਹੀ ਯਕੀਨ ਦਵਾ ਦਿਓ ਦੇਖੋ ਜੇ ਕਾਂਗਰਸ ਨੂੰ ਵੋਟਾਂ ਪਾਉਂਦੇ ਹੋ ਉਹਦੇ ਨਾਲ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਤਾਂ ਬਣਦਾ ਨਹੀਂ ਬੀਜੇਪੀ ਨੂੰ ਵੋਟਾਂ ਪਾਉਂਗੇ ਮੋਦੀ ਨੂੰ ਫਰਕ ਨਹੀਂ ਪੈਣਾ ਕੋਈ ਠੀਕ ਹੈ ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਗੇ ਤੁਹਾਡੇ ਪੁੱਤ ਭਗਵੰਤ ਮਾਨ ਦਾ ਇੰਨਾ ਹੌਸਲਾ ਬਾਜੂ ਆ ਸਾਰਿਆਂ ਦੇ ਦੰਦਲਾਂ ਪੈ ਜਾਣਗੀਆਂ ਜਿਹੜੇ ਬੋਲਦੇ ਨੇ 4 ਸਾਲ ਫਿਰ ਆਪਾਂ ਵਿਕਾਸ ਦੇ ਕੰਮ ਕਰਦੇ ਹਾਂ ਲਾਂਬਾ ਨਾ ਜੇ ਭੋਗਪੁਰ ਆਇਓ ਲਾਂਬਾ ਨਾ ਜੇ ਇਹ ਤੁਹਾਡੇ ਹੱਥ ਆ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਕਹੋ ਮੈਂ ਉੱਥੇ ਖੜਾ ਦੇਖੋ ਐਂ ਐਦਾਂ ਕਦੇ ਮੁੱਖ ਮੰਤਰੀ ਆਇਆ ਪਹਿਲਾਂ ਐ ਇੰਨਾ ਨੇੜਿਓਂ ਦੇਖਿਆ ਤੁਸੀਂ ਕਦੇ ਆਉਂਦੇ ਹੀ ਨਹੀਂ ਅਸੀਂ ਤਾਂ ਵਲੰਟੀਅਰ ਹਾਂ ਵਲੰਟੀਅਰ ਬਣ ਕੇ ਕੰਮ ਕਰਾਂਗੇ ਐਦਾਂ ਹੀ ਰਹਿੰਦੇ ਹਾਂ ਅਸੀਂ ਕੋਈ ਫਰਕ ਨਹੀਂ ਮੈਨੂੰ ਪੱਤਰਕਾਰ ਕਹਿੰਦੇ ਆ ਮੁੱਖ ਮੰਤਰੀ ਵਾਲੀ ਕੁਰਸੀ ਤੇ ਬਹਿ ਕੇ ਪਹਿਲਾਂ ਉਹਨਾਂ ਦੇ ਦਿਮਾਗ ਖਰਾਬ ਹੋ ਜਾਂਦੇ ਸੀ ਮਾਨ ਸਾਹਿਬ ਤੁਹਾਨੂੰ ਸਾਲ ਹੋ ਗਿਆ ਉਸ ਕੁਰਸੀ ਤੇ ਬੈਠਿਆਂ ਨੂੰ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਜੀ ਇੱਕ ਗੱਲ ਦਾ ਫਰਕ ਹੈ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਮਸ਼ਹੂਰ ਤਾਂ ਪਹਿਲੀ ਵਾਰ ਕਰਦਾ ਸੀ ਮੈਨੂੰ ਮਸ਼ਹੂਰ ਤਾਂ ਪਹਿਲੀ ਵਾਰ ਕਰਦਾ ਸੀ ਆਦਾ ਹੁਣ ਸੇਵਾ ਲਈ ਹੈ ਪਰਮਾਤਮਾ ਨੇ ਵੀ ਮੇਰੇ ਅੰਦਰ ਇਹ ਸ਼ਕਤੀ ਪੈਦਾ ਕੀਤੀ ਕਿ ਚੱਲ ਵੀ ਲੋਕਾਂ ਦੇ ਕੰਮ ਆ ਆ ਚਿਹਰਾ ਕੋਈ ਬਹੁਤਾ ਸੋਹਣਾ ਚਿਹਰਾ ਨਹੀਂ ਆ ਚਿਹਰਾ ਮਸ਼ਹੂਰ ਕਿਵੇਂ ਕੀਤਾ ਤੁਸੀਂ ਲੋਕਾਂ ਨੇ ਆ ਮੇਰੀ ਆਵਾਜ਼ ਮਸ਼ਹੂਰ ਕਿਵੇਂ ਕੀਤੀ ਹੈ ਤੁਸੀਂ ਲੋਕਾਂ ਨੇ ਤੇ ਲਓ ਫਿਰ ਮੇਰੀ ਆਵਾਜ਼ ਤੇ ਮੇਰਾ ਚਿਹਰਾ ਜੇ ਤੁਸੀਂ ਮਸ਼ਹੂਰ ਕੀਤਾ ਹਮੇਸ਼ਾ ਤੁਹਾਡੇ ਵਾਸਤੇ ਵਰਤਦਾ ਰਹੂੰਗਾ ਤੁਹਾਡੇ ਹੱਥਾਂ ਵਾਸਤੇ ਮੈਂ ਕਰਨਾਟਕਾ ਗਿਆ ਕੱਲ ਹੀ ਆਇਆ ਮੈਂ ਕੱਲ ਮੈਂ ਕਰਨਾਟਕਾ ਸੀ ਬੰਗਲੌਰ ਉਦੋਂ ਪਹਿਲਾਂ ਚਿਤਰਦੁਰਗਾ 2 ਦਿਨ ਮੈਂ ਕਰਨਾਟਕਾ ਲਾ ਕੇ ਆਇਆ ਉੱਥੇ ਵੀ ਆਹੀ ਮੈਨੂੰ ਤਾਂ ਇਹੀ ਲੱਗੀ ਜਾਂਦਾ ਰਹਿੰਦਾ ਵੀ ਜਿਵੇਂ ਸੰਗਰੂਰ ਹੀ ਹੋਵੇ ਸਾਰਾ ਪਾਣੀ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਉਹ ਪਹਿਲਾਂ ਹੁੰਦਾ ਸੀ ਹੁਣ ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਸੰਗਰੂਰ ਦਿਸਦਾ ਆਹੀ ਮਾਹੌਲ ਸੰਗਰੂਰ ਹੁੰਦਾ ਸੀ ਉੱਥੋਂ ਹੀ ਤਾਂ ਮੁੱਢ ਵੱਜਿਆ ਉੱਥੋਂ ਹੀ ਮੁੱਢ ਵੱਜਿਆ ਤੇ ਤੁਸੀਂ ਐਡਾ ਵੱਡਾ ਮਾਨ ਸਤਿਕਾਰ ਦੇਤਾ ਜ਼ਿੰਦਗੀ 'ਚ ਕਦੇ ਮੈਂ ਹਰੇਕ ਮੈਂ ਤਾਂ ਕਦੇ ਕਦੇ ਸੋਚਦਾ ਹੁੰਦਾ ਪਰਮਾਤਮਾ ਐਡੇ ਵੱਡੇ ਪਦਵੀ ਤੇ ਪਹੁੰਚਾ ਤੇ ਐਸੇ ਜਨਮ 'ਚ ਹੀ ਜੇ ਹਰੇਕ ਸਾਹ ਤੋਂ ਬਾਅਦ ਵੀ ਪੰਜਾਬੀਆਂ ਦਾ ਧੰਨਵਾਦ ਕਰਨ ਲੱਗ ਜਾਂ ਹਰੇਕ ਸਾਹ ਤੋਂ ਬਾਅਦ ਤਾਂ ਵੀ ਕਈ ਜਨਮ ਲੈਣੇ ਪੈਣਗੇ ਇੰਨਾ ਪਿਆਰ ਦੇ ਰੱਖਿਆ ਤੁਸੀਂ ਮੈਨੂੰ ਇੰਨਾ ਕਰਜ਼ਾ ਚਾੜ ਰੱਖਿਆ ਮੇਰੇ ਜਿੰਨੇ
मैं चाहना मेरे किए हुए फैसले राही मैं थोड़ा हो कर्जा लाहा। बिजली फ्री अज भी 200 मुंडे 200 नौकरियां दे के हैं। अज भी अज अपनी नौकरियां देने की जी गिनती है 29,000 तो टप गई 29,000 तो टप गई। सारे काम मिलगो सारे की बारी आओ थोड़ा सबर रखो बस काली ना करो सबर रखो सानू पहला वो कर लेन दो सेट। कई बार हाई कोर्ट का कोई हुक्म होंदा उनू भी पर मैनू इस गल की बहुत खुशी है पंजाब दे विच इस वक्त कोई भी मुंडे कुड़ियां टैंकी ते नहीं चढ़े हुए कोई भी टावर ते नहीं चढ़े हुए कोई धरना नहीं चल रहा। मैं थोनू कहा सी मैं धरने हटा दूंगा क्योंकि मैं उन्होंने गल करना वो भी अपनी धीआं पुत ने उन्होंने ही रखांगे। जे हस्पताल बनाई जांदे तां डाक्टर चाहीदे ने नर्सा चाहिए ने जो स्कूल बनाई जाने मास्टर चाहिए क्लर्क चाहिए पीएम चाहिए सारा कुछ आऊगा थोड़े चू लवेंगे और कितों लवेंगे। राजपुरे के विच अज मैं 247 करोड़ रुपए की लागत नाल एक स्टील कंपनी आई है नवी जो दुनिया के विच सब तो बड़ी पेंटिंग दी स्टील नू पेंट करते ने वो कंपनी है जी 600 तो वध नौकरियां देगी। अब सवेर का उद्घाटन करके आया कि सारे धियां पुत्तां नू काम दिओ काम दिओ सुआ कहण आया। जलंधर वाले का नाम इतिहास कितने आ सकता है वो तां आ सकता है अज तो 25 साल 50 साल बाद एक सवाल आऊगा सिलेबस च जब पूछा जाऊगा लोगों द्वारा कि जो पंजाब विकास दियां लीहां दे द्वारे चढ़न लग्या सी तां उस ਲੀ ਦੇ ਉੱਤੇ ਜਿਹੜੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਜਿਹੜੀ ਗੱਡੀ ਸੀ ਉਹਦੇ ਵਿੱਚ ਇੱਕ ਡੱਬਾ ਹੋਰ ਕਿਹਨੇ ਜੋੜਿਆ ਸੀ ਤਾਂ ਆਊਗਾ ਜਲੰਧਰ ਲੋਕ ਸਭਾ ਦੇ ਵੋਟਰਾਂ ਨੇ ਜਲੰਧਰ ਦੇ ਲੋਕਾਂ ਨੇ। ਦੇਖੋ ਨਾਰੇ ਲਾਉਣ ਕੋਈ ਪਤਾ ਲੱਗ ਜਾਂਦਾ ਅੱਜ ਤਾਂ ਬਹੁਤ ਪਾਰਕੂ ਹੋ ਗਏ ਹੁਣ ਨਾਰੇ ਲਾਉਣ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਜੋਸ਼ ਹੈ। ਜਿਸ ਵੇਲੇ 2015 ਦੇ ਵਿੱਚ आम आदमी पार्टी दिल्ली च लड़ रही थी रामलीला ग्राउंड दे विच मोदी जी ने रैली की बड़ा कट होया सीधा प्रसारण चल रहा सी केजरीवाल साहब बैठे सी मैं भी बैठा सी देख रहे सी नारे लगे जो नारे लगे देखे मैं केजरीवाल जी नूं कहा मैं नवा नवा ही आया सी पार्टी 14 च मैं एमपी बनया सी 15 दी इलेक्शन सी मैं कहा जी सौ चुकन की तैयारी करो सरकार बनूगी अपनी। कहने आप कैसे कह सकते हो मैं कहा जी नारे लगन तो मैं दसता कहते नारे तो ठीक लग रहे हैं। मैं कहा सर नारे तो ठीक लग रहे हैं लेकिन नारे लगाने का अंदाज नहीं देखा आपने। कहते कैसे मैंने कहा नारे ला रहे हैं स्टेज तो हर हर मोदी मैं कहा लोग नारा ला रहे हैं हर हर मोदी मैं कहा सर हाथ कहाँ जा रहे हैं गर्दन थले जा रही है ये दिहाड़ी दे आए ने ये नहीं मोटा बन गए। जो नारा लगता है ना तुम शहीद आजम भगत सिंह की कदे कदे भी फोटो कदे गर्दन झुकी आई दिखी है जो भी नारा लगता जब पुत बनता है वो दो नारे दोनों हाथ ऊपर जाके ला दो मैनू भोगपुर वालों मैं निश्चिंत हो जा ते केजरीवाल साहब नु शाम नु कहा कि भोगपुर वाले पासों तो अपने इनकलाबी जेडे हैगे ने उन्होंने रिजल्ट डिक्लेयर करता 10 मई की डेट है बस दोनों हाथ ऊपर चाके दो नारे ला दो इनकलाब। अच्छा इतने भाजपा वाले भी आए होने आउंदे आ ओ धालीवाल साहब आउंदे बेचारा नु आना पैंदा उन्हां दे भेज दे मालक उन्हां नु वी जाके देखी पहला भगवंत मान ने बस अड्डे ते आउणे किन्ना कट सी कट दस देणगे फिर ओ पुछणगे सर कट तां ठीक है नारे किन्ने कि जोर दी लग रहे सी ਲੈ ਫਿਰ ਇੰਨੀ ਜ਼ੋਰ ਦੀ ਨਾਰਾ ਲਾ ਦੋ ਵੀ ਉਹ ਜਿਹੜੇ ਆਏ ਹੋਏ ਨੇ ਭਾਜਪਾ ਵਾਲੇ ਉਹ ਇਹ ਜਾ ਕੇ ਕਹਿਣ ਸਾਨੂੰ ਪੁੱਛਣ ਦੀ ਕੀ ਲੋੜ ਆ ਜੀ ਤੁਹਾਡੇ ਘਰੇ ਵੀ ਸੁਣੀ ਹੋਣੀ ਫਿਰ ਦੋਨੇ ਹੱਥ ਉੱਪਰ ਜਾ ਕੇ ਇਨਕਲਾਬ ਇਨਕਲਾਬ हर तरह की खबर सब तो पहला वेखन लई सबसक्राइब करो चैनल काशी टीवी हर अपडेट का संकेत मिलता रहे दबाओ बैल आइकन
ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।